ਮੈਨੂੰ ਢੁੱਲੂ ਜੀ ਆਏ ਨੇ ਵਿਆਹ ਚ। Hello guys, welcome to my new vlog. So guys, ਅਸੀਂ ਹੁਣ ਆ ਚੁੱਕੇ ਹਾਂ ਆਪਣੀ ਮੰਮੀ ਨਾਲ ਇੰਜੋਏ ਕਰਦੇ ਹੋਏ। ਇਸ਼ੂ ਕਿਆ ਹੈ? ਡੋਸਾ ਖਾ ਰਹੇ। ਵਧੀਆ, ਚੰਗੀ ਗੱਲ ਹੈ। ਬਹੁਤ ਠੀਕ ਕੌਫੀ, ਇਸ ਤੋਂ ਬਾਅਦ ਘਰੇ ਜਾਣਾ ਅਸੀਂ, ਠੀਕ ਹੈ ਜੀ। ਬਹੁਤ ਅੱਛਾ ਪ੍ਰੋਗਰਾਮ ਸੀਗਾ। ਹੈਲੋ ਗਾਇਸ, ਵੈਲਕਮ ਟੂ ਮਾਈ ਨਿਊ ਵਲੌਗ। ਆਈ ਹੋਪ ਯੂ ਆਰ ਆਲ ਫਾਈਨ। ਜੇ ਰਿਸ਼ੂ, ਅੱਜ ਮੈਂ ਰਿਸ਼ੂ ਕੋਲ ਆਇਆ ਸੀ ਪਟਿਆਲੇ, ਸਾਡੇ ਇੱਥੇ ਮਤਲਬ ਫੰਕਸ਼ਨ ਹੈ, ਮੇਰਾ ਕਜ਼ਨ ਬ੍ਰਦਰ ਹੈ ਤੇ ਅਸੀਂ ਜਾ ਰਹੇ ਹਾਂ ਉੱਥੇ। ਜੇ ਰਿਸ਼ੂ ਵੀ ਜਾਏਗਾ ਨਾ ਰਿਸ਼ੂ? ਹਾਂਜੀ, ਤਾਂ ਅਸੀਂ ਗਾਇਸ ਤੁਹਾਨੂੰ ਉੱਥੇ ਜਾ ਕੇ ਮਿਲਾਂਗੇ। ਸੋ ਗਾਇਸ, ਅਸੀਂ ਹੁਣ ਆ ਚੁੱਕੇ ਹਾਂ, ਸੋ ਚਲੋ ਆਪਾਂ ਚੱਲਦੇ ਹਾਂ। ਸੋ ਆਪਾਂ ਅਜੂ ਇਹ ਦ ਪੈਲੇਸ ਦਾ ਨਾਮ ਹੈ ਅਜੂਬਾ ਰੈਸੀਡੈਂਸੀ। ਆਪਣੀ ਮਾਮੀ ਨਾਲ ਇੰਜੋਏ ਕਰਦੇ ਹੋਏ। ਇਸ਼ੂ ਕਿਆ ਹੈ? ਸਟ੍ਰਾਬੇਰੀ ਸ਼ੇਕ, ਇੱਧਰ ਚੀਜ਼ ਪਿਆ ਤੇ ਅੰਮ੍ਰਿਤਸਰੀ ਕੁਲਚਾ। ਹੋਰ ਕਿਆ ਖਾਇਆ ਇਸ਼ੂ ਨੇ? ਬਸ ਹੋਰ ਟਰਾਈ ਕਰਦੇ ਹਾਂ ਆਪਾਂ। ਹਰ ਇਸ਼ੂ ਮੈਗੀ ਖਾ ਰਹੀ ਹੈ। ਹੈ ਸਰ ਇਸ਼ੂ ਮੈਗੀ? ਇਸ਼ੂ ਦੇ ਮਾਮੇ ਆ ਗਏ ਸੀ, ਅਸੀਂ ਇਸ਼ੂ ਫੜ ਲਈ ਮੈਗੀ ਖਾ ਰਿਹਾ। ਬੱਚਿਆਂ ਦਾ ਸੈਸ਼ਨ ਲਾਗੇ ਬਣਿਆ ਹੋਇਆ, ਦੇਖੋ ਇੱਧਰ ਝੂਲੇ ਵਗੈਰਾ, ਪੌਪਕੋਰਨ ਵਗੈਰਾ ਨੇ ਤੇ ਕਾਟਨ ਕੈਂਡੀ, ਸਵੀਟ ਕੋਰਨ ਵੀ ਨੇ ਨਾ। ਹਾਂਜੀ, ਰਿਸ਼ੂ ਦੀ ਮੰਮੀ ਲੈ ਕੇ ਡੋਸਾ ਸਾਡੇ ਲਈ ਹੈ ਨਾ ਰਿਸ਼ੂ? ਥੋੜ੍ਹੀ ਪਾਈ, ਟੇਸਟ ਥੋੜ੍ਹਾ ਹੀ ਦੇਖਣਾ ਬਸ। ਸਬਜ਼ੀ ਆ, ਪਤਾ ਨਹੀਂ ਮੈਨੂੰ ਨਹੀਂ ਪਤਾ। ਇਹ ਰਿਸ਼ੂ ਨੂੰ ਟੇਸਟ ਕਰਾਈਏ, ਕਿਵੇਂ ਰਿਸ਼ੂ? ਖਾ ਲਾ ਮੰਮੀ ਨਾਲ ਖਾ ਲਾ। ਹਮ ਇੱਕ ਇੱਕ ਅਸੀਂ ਇੱਕ ਪਲੇਟ 'ਚ ਖਾਣਾ ਹੈ ਬਈ, ਪਿਆਰ ਵੱਧਦਾ ਸਾਡਾ ਸਭ ਦਾ, ਹੈ ਰਿਸ਼ੂ? ਮਾਮੀ ਕੀ ਤਰ੍ਹਾਂ ਸੇ ਚੰਗੀ ਗੱਲ ਹੈ। ਮੈਨੂੰ ਢੁੱਲੂ ਜੀ ਆਏ ਨੇ ਵਿਆਹ ਚ। ਰਿਸ਼ੂ ਪੀ ਰਹੀ ਕਾਫੀ, ਹੈ ਰਿਸ਼ੂ? ਟੇਸਟੀ ਹੈ? ਬਹੁਤ ਅੱਛੀ ਕਾਫੀ, ਕਾਫੀ ਪੀ ਰਹੀ। ਇਸ ਤੋਂ ਬਾਅਦ ਘਰੇ ਜਾਣਾ ਅਸੀਂ, ਠੀਕ ਹੈ ਰਿਸ਼ੂ? ਬਹੁਤ ਅੱਛਾ ਪ੍ਰੋਗਰਾਮ ਸੀਗਾ। ਮੇਰਾ ਪੇਪਰ ਹੈਗਾ, ਅੱਛਾ ਹੀ ਜਾਏਗਾ, ਵਧੀਆ ਹੋ ਜਾਏਗਾ, ਠੀਕ ਹੈ।